ਇਸ ਤੋਂ ਬਾਅਦ ਮੈਂ ਸਟੇਜ 'ਤੇ ਬੁਲਾਉਣਾ ਚਾਹੂੰਗਾ ਇੱਕ ਇੰਨੀ ਪਿਆਰੀ ਜਿਹੀ ਕੁੜੀ ਨੂੰ ਜੋ ਕਿ ਨਾ ਕਿਤੇ ਨਾ ਕਿਤੇ ਕਬਾਬ 'ਚ ਥੋੜ੍ਹੀ ਜਿਹੀ ਤਾਂ ਹੱਡੀ ਬਣ ਰਹੀ ਹੈ, ਹੈ ਨਾ, ਤਾਂ ਕਿਉਂ ਨਾ ਬੁਲਾ ਲਿੱਤਾ ਜਾਵੇ। ਜੈਸਮੀਨ ਬਾਜਵਾ, ਪਲੀਜ਼ ਕਮ ਔਨ ਸਟੇਜ। ਬਹੁਤ ਸੋਹਣੀ ਲੱਗ ਰਹੀ, ਮੈਂ ਹੁਣੇ ਦੇਖੀ ਹੈ। ਜੋ ਵੀ ਕੁਛ ਕਰਦੇ ਹਾਂ ਮਤਲਬ 100% ਦਿੰਦੇ ਹਾਂ,
ਪੂਰੀ ਇਮਾਨਦਾਰੀ ਨਾਲ ਕਰਦੇ ਹਾਂ, ਪਿਆਰ ਨਾਲ ਕਰਦੇ ਹਾਂ, ਵੀ ਗਿਵ ਐਵਰੀਥਿੰਗ ਆਲ ਬੈਸਟ ਐਂਡ ਆਈ ਥਿੰਕ ਮਤਲਬ ਬਾਕੀ ਸਭ ਕੁਝ ਟ੍ਰੈਂਡ ਆਨਲਾਈਨ ਦੇ ਹੱਥ ਵਿੱਚ ਹੁੰਦਾ ਹੈ। ਜਦੋਂ ਜੀ ਭਾਜੀ ਤੁਹਾਨੂੰ ਪਤਾ ਸੀ ਜਿਸ ਟਾਈਮ ਤੁਸੀਂ ਪਹਿਲੀ ਵਾਰੀ ਹੁਣ ਤਾਂ ਸਲਾਈ ਖਰੀਦ ਹੁੰਦੀ ਜੀ ਵਾਰੀ ਤੁਸੀਂ ਜੱਟ ਬਣ ਕੇ ਆਹ ਵਾਲੇ ਐਂਟਰਟੇਨ ਕਰੋਗੇ ਸਾਰਿਆਂ ਨੂੰ ਕਿ ਪਹਿਲੀ ਤੁਹਾਨੂੰ ਬਣ ਰਹੇ ਸੀ ਹੈ ਨਾ ਜੱਟ ਐਂਡ ਜੂਨੀਅਰ, ਤਾਂ ਪਤਾ ਸੀ ਕਿ ਐਡਾ ਵੱਡੀ ਬ੍ਰੈਂਡ ਹੋ ਜਾਏਗੀ ਇਹ ਫਿਲਮ? ਨਹੀਂ ਵੈਸੇ ਕੀਤੀ ਸੀ ਕਰ ਲਓ ਪੰਜਾਬ ਦੀ ਲੁਧਿਆਣੇ ਸਿਨੇਮਾ ਸੀ ਉਹਦਾ ਗੇਟ ਟੁੱਟ ਗਿਆ ਸੀ, ਅਸੀਂ ਕੱਲ੍ਹ ਗਏ ਸੀ ਉਹ ਸਿਨੇਮਾ ਹੀ ਟੁੱਟ ਗਿਆ ਦੁਬਾਰਾ ਬਣਾ ਦਿਆ ਬੱਚਾ ਨੇ। ਸੋ ਯਾ ਉਦੋਂ ਸੁਣ ਕੇ ਤਾਂ ਲੱਗਦਾ ਸੀ ਯਾਰ ਸੱਚੀ ਪੰਜਾਬੀ ਫਿਲਮ ਨਾਲ ਵੀ ਇੱਦਾਂ ਹੋ ਗਿਆ, ਕਦੇ ਸੁਣਿਆ ਨਹੀਂ ਸੀ। ਸੋ ਚਲੋ ਮਹਾਰਾਜ ਕਿਰਪਾ ਕਰ, ਕੱਲ੍ਹ ਤਾਂ ਲੁਧਿਆਣੇ ਜਾ ਕੇ ਆਏ ਅਤੇ ਕੱਲ੍ਹ ਲੁਧਿਆਣੇ ਦੇ ਵਿੱਚ ਜਿਹੜੇ ਤੁਸੀਂ ਕੁਲਚੇ ਛੋਲੇ ਖਾਏ ਪੀਏ ਜਿਹੜਾ ਸਾਰਾ ਕੁਛ ਉਹ ਸਵਾਦ ਸਾਰਿਆਂ ਨੂੰ ਜਾਵੇ, ਦੱਸੋ ਕਿ ਕੱਲ੍ਹ ਕੀ ਫੀਲ ਆਇਆ? ਕਿਉਂਕਿ ਜੋ ਪੰਜਾਬ ਆ ਤੁਹਾਨੂੰ ਅਕਸਰ ਫੀਲ ਆਉਂਦਾ ਉਹ ਤੁਹਾਡੀ ਵੀਡੀਓਜ਼ ਤੋਂ ਦੇਖਦਾ, ਤੁਸੀਂ ਜਦ ਸਾਨੂੰ ਆ ਕੇ ਇੱਥੇ ਮਿਲਦੇ ਹੋ ਉਹਦੇ ਵਿੱਚ ਚੱਲਦਾ ਹੈ, ਤਾਂ ਕੱਲ੍ਹ ਕੀ ਫੀਲ ਆਇਆ? ਕਿਉਂਕਿ ਉਹ ਮੈਨੂੰ ਜ਼ਰੂਰ ਦੱਸੋ, ਦੋਨੋਂ ਲੈਣੇ ਦੱਸੋ ਪਲੀਜ਼, ਦੱਸੋ ਜੀ ਦੱਸੋ ਪਲੀਜ਼। ਫਰਸ਼ ਉਹਦੀ ਰਿਸਪੋਂਸੀਬਿਲਟੀ ਦੇ ਨਾਲ ਨਾਲ ਇੱਕ ਵਧੀਆ ਪ੍ਰੋਡਕਟ ਅਸੀਂ ਬਣਾਇਆ ਹੋਇਆ,
ਲੇਕਿਨ ਦਿਨੇਸ਼ ਭਾਅ ਜੀ ਮਿਊਜ਼ਿਕ ਤਾਂ ਮੈਂ ਕਹਿ ਸਕਦਾ ਕਿ ਟ੍ਰਿਪਲ ਡੋਜ਼ 'ਤੇ ਹੀ ਹੈ ਇਸ ਵਾਰ। ਪਹਿਲਾਂ ਕਹਿੰਦਾ ਇੱਕ ਚੀਜ਼ ਹੈਗੀ ਹੈ ਜੱਟ ਪੀਲੇ ਦੀ ਰਹੀ, ਜਿਹੜਾ ਮਿਊਜ਼ਿਕ ਹਮੇਸ਼ਾ ਕਮਾਲ ਕਰਦਾ ਜਾ ਰਿਹਾ, ਇਸ ਵਾਰ ਵੀ ਕਮਾਲ ਕਰ ਰਿਹਾ। ਸਹੀ ਬਣ ਗਿਆ ਤੁਹਾਡੇ ਨਾਲ ਟੈਕ, ਕਿਆ ਕਿਆ ਅਤੇ ਪਰਮਾਤਮਾ ਇਹਨਾਂ ਨੂੰ ਇਸੀ ਤਰ੍ਹਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆਂ ਦੇਵੇ। ਔਰ ਸਭ ਤੋਂ ਜਿਹੜੀ ਮੈਂ ਜਿਹਦਾ ਮੈਂ ਕਾਇਲ ਹੈ ਉਹ ਇਹ ਗੱਲ ਹੈ ਕਿ ਇਹਨਾਂ ਦੀ ਹਲੀਮੀ। ਲੋਕ ਅਸੀਂ ਸੋਚਦੇ ਹਾਂ ਕਿ ਯਾਰ ਆਰਟਿਸਟ ਇੰਨਾ ਵੱਡਾ ਹੋ ਕੇ ਇੰਨਾ ਡਾਊਨ ਟੂ ਅਰਥ ਵੀ ਹੋ ਸਕਦਾ, ਉਹ ਤੁਸੀਂ ਦੇਖ ਲਓ ਇਹ ਤੁਹਾਡੇ ਸਾਹਮਣੇ ਬੈਠੇ। ਪਰ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ, ਬਹੁਤ ਲੋਕ ਕੁਐਸਚਨ ਪੁੱਛਦੇ ਨੇ, ਪਰ ਰਜੀਤ ਭਾਅ ਜੀ ਵਾਜ਼ ਦਾ ਪਰਸਨ ਜਿਹੜਾ ਕਿ ਪਹਿਲਾਂ ਸੈੱਟ 'ਤੇ ਆਉਂਦੇ ਸੀ, ਔਰ ਇਹ ਨਹੀਂ ਕਿ ਜਾ ਕੇ ਵੈਲੰਟੀ 'ਚ ਬੈਠਣਾ, ਕਿਤੇ ਬੈਠਣਾ ਸੈੱਟ 'ਤੇ ਰਹਿਣਾ ਔਰ ਸਾਈਡ 'ਤੇ ਬੈਠਣਾ। ਹਾਂ, ਅਤੇ ਨੀਰੂ ਜੀ ਵੀ ਆਉਂਦੇ ਸੀ ਸਨੋੜ ਦਾ, ਨੀਰੂ ਜੀ, ਹਾਂ ਬਿਲਕੁਲ ਜੀ। ਤੋ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਜੀ, ਇੰਨੀਆਂ ਬੁਲੰਦੀਆਂ ਛੂਹਣ ਦੇ ਨਾਲ ਨਾਲ ਆਰਟਿਸਟ ਦੀ ਹਲੀਮੀ ਔਰ ਉਹੀ ਪਿਆਰ ਪੰਜਾਬੀ ਸਿਨੇਮੇ ਨੂੰ, ਜਿਵੇਂ ਇਹ ਕਹਿ ਰਹੇ ਨੇ ਭਾਅ ਜੀ ਕਿ ਪੰਜਾਬੀ ਸਿਨੇਮਾ ਕਰੋਗੇ, ਭਾਅ ਜੀ ਦਾ ਵਾਅਦਾ ਹੈ ਹੀ ਕਿ ਇੱਕ ਪੰਜਾਬੀ ਫਿਲਮ ਉਹ ਕਰਨਗੇ ਕਰਨਗੇ। ਉਹ ਮੈਨੂੰ ਉਹਨਾਂ ਨੇ ਇੱਕ ਵਾਰ ਕਿਹਾ ਸੀ, ਮੈਂ ਉਹਨੂੰ ਪੁੱਛਿਆ ਸੀ ਕਿ ਤੁਸੀਂ ਇਹ ਜੋ ਜਿਸ ਰਫਤਾਰ 'ਚ ਹੈਗੇ ਹੋ, ਮੈਂ ਪੁੱਛਿਆ ਸੀ ਕਿ ਤੁਸੀਂ ਤਾਂ ਬਹੁਤ ਮਹਿੰਗੇ ਹੋ ਜਾਓਗੇ, ਕਿਵੇਂ ਪੰਜਾਬੀ ਫਿਲਮ ਕਰੋਗੇ? ਕਹਿੰਦੇ ਪੰਜਾਬੀ ਫਿਲਮਾਂ ਨਹੀਂ ਚੱਲਦਾ, ਹੈ ਨਾ। ਉਹ ਮੇਰੇ ਖਿਆਲ ਨਾਲ ਇਸੇ ਤਰ੍ਹਾਂ ਰਹਿਣ ਵਾਲਾ ਹੈ ਇਹ ਸਾਰਾ, ਹੈ ਨਾ। ਕਿਆ ਬਾਤ ਹੈ ਜੈਸਮਿਨ, ਤੁਸੀਂ ਇਹ ਤਾਂ ਦੱਸ ਚੁੱਕੇ ਹੋ ਤੁਹਾਨੂੰ ਕਿਹੋ ਜਿਹਾ ਲੱਗਾ ਸਾਰਿਆਂ ਨਾਲ ਕੰਮ ਕਰਕੇ, ਬਟ ਵਨ ਥਿੰਗ ਆਈ ਵਾਂਟ ਟੂ ਆਸਕ, ਕੈਸਾ ਲੱਗ ਰਿਹਾ ਕਬਾਬ ਮੇਂ ਹੱਡੀ ਬਣ ਕੇ? ਪਿਛਲੇ ਇੰਟਰਵਿਊ ਚ ਵੀ ਦੱਸਿਆ ਕਿ ਜਦੋਂ ਪਹਿਲਾ ਦਿਨ ਸੀ, ਕਹਿੰਦੇ ਅੱਜ ਇਹਨਾਂ ਨਾਲ ਕੰਮ ਕਰਨਾ, ਦਲਜੀਤ ਸਰ ਦੇ ਸਾਹਮਣੇ ਜਾਣਾ, ਸ਼ਾਰਟ ਦੇਣਾ, ਨੀਰੂ ਮੈਮ ਨੂੰ ਮਿਲਣਾ, ਅਤੇ ਬਾਅਦ 'ਚੋਂ ਪਤਾ ਲੱਗਿਆ ਕਿ ਯਾਰ ਇਹਨਾਂ ਦੇ ਵਿੱਚ ਹੀ ਬਹਿਣਾ, ਹੱਡੀ ਬਣਨਾ, ਇਹਨਾਂ ਦੇ ਵਿੱਚ ਦਰਾਰ ਪਾਣੀ ਹੈ। ਤਾਂ ਮੈਂ ਕਿਹਾ ਇਹ ਵੀ ਚੱਲੂਗਾ, ਜੋ ਵੀ ਹੈ ਇਹਦੇ 'ਚ ਵੀ ਸਵਾਦ ਆ। ਬਟ ਆਈ ਐਮ ਵੈਰੀ ਓਨਰਡ, ਐਂਡ ਮੈਨੂੰ ਲੱਗਦਾ ਹੈ ਕਰੀਅਰ ਦੇ ਇੰਨੇ ਸ਼ੁਰੂਆਤੀ ਦੌਰ 'ਚ ਲੈਜੈਂਡਸ ਦੇ ਨਾਲ, ਮੇਰੇ ਲਈ ਤਾਂ ਆਈਡਲਸ ਨੇ, ਲੈਜੈਂਡਸ ਨੇ, ਇਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਣਾ, ਮੇਰਾ ਤਾਂ ਡ੍ਰੀਮ ਕਮ ਟਰੂ ਮੂਮੈਂਟ ਆ ਇਹ। ਬਾਤ ਹੈ ਇਸ ਫਿਲਮ ਦੀ ਨਾ ਇੱਕ ਖਾਸੀਅਤ ਜਿਹੜੀ ਹੈਗੀ, ਮੈਨੂੰ ਹਜੇ ਲੱਗੀ ਜਦ ਮੈਂ ਪਹਿਲੀ ਵਾਰ ਦੇਖੀ ਸੀ, ਇੰਨੀ ਨੋਕ ਝੋਂਕ ਤੋਂ ਬਾਅਦ ਜਿਹੜਾ ਪਿਆਰ ਨਿਕਲਦਾ ਹੈ ਨਾ, ਉਹ ਕਿਤੇ ਕਿਤੇ ਐਂ ਲੱਗਦਾ ਯਾਰ ਮਜ਼ੇਦਾਰ ਹੈ। ਕਿਉਂਕਿ ਤੁਸੀਂ ਤਾਂ ਐਕਸਪੀਰੀਅੰਸ ਹੋ ਪਿਆਰ ਦੇ ਮਾਮਲੇ ਦੇ ਵਿੱਚ, ਮੈਨੂੰ ਦੱਸੋ ਨੋਕ ਝੋਂਕ ਕਿੰਨੀ ਕੁ ਜ਼ਰੂਰੀ ਹੁੰਦੀ ਹੈ? ਐਕਸਕਿਊਜ਼ ਮੀ, ਮੈਨੂੰ ਦੱਸੋ ਕਿੰਨੀ ਕੁ ਜ਼ਰੂਰੀ ਹੁੰਦੀ ਹੈ ਇਹ ਨੋਕ ਝੋਂਕ, ਅਤੇ ਨੋਕ ਝੋਂਕ ਵਾਲਾ ਪਿਆਰ ਜਿਹੜਾ ਸਾਨੂੰ ਜੈਟ ਅਤੇ ਜੂਲੀਅਟ 'ਚ ਦਿਖਦਾ ਹੈ, ਅਤੇ ਤੁਹਾਡੀ ਰੀਅਲ ਲਾਈਫ ਦੇ ਵਿੱਚ ਇਹ ਨੋਕ ਝੋਂਕ ਕਿੰਨੀ ਹੈਗੀ? ਫਰੋਮ ਐਕਸਪੀਰੀਅੰਸਡ ਬੰਦਾ ਸੁਣਨਾ ਚਾਹੁੰਦੇ ਹਾਂ ਮੇਰਾ, ਵੈਲ ਆਈ ਥਿੰਕ ਆਈ ਡੋਂਟ ਨੋ, ਜ਼ਰੂਰੀ ਆ ਉਹਦੇ ਨਾਲ ਪਿਆਰ ਵੱਧਦਾ ਹੈ। ਮੇਰੀ ਤਾਂ ਅੱਜ ਕੱਲ੍ਹ ਮੇਰੇ ਹਸਬੈਂਡ ਨਾਲ ਲੜਾਈ ਐਕਚੁਲੀ ਚੱਲ ਹੀ ਰਹੀ ਹੈ, 3 ਦਿਨ ਹੋ ਗਏ ਮੈਂ ਗੱਲ ਹੀ ਨਹੀਂ ਕੀਤੀ। ਅੱਜ ਉਹਨਾਂ ਦਾ ਮੈਸੇਜ ਆਇਆ ਹਾਏ, ਸੋ ਆਈ ਥਿੰਕ ਇਟਸ ਇੰਪੋਰਟੈਂਟ ਸਮਟਾਈਮਸ। ਤੇ ਕਿੰਨਾ ਟਾਈਮ ਚੱਲਦੀ ਹੁੰਦੀ ਹੈ ਇਹ ਲੜਾਈ ਵੈਸੇ? ਇਹ ਸਭ ਤੋਂ ਲੰਬੀ ਲੜਾਈ ਚੱਲੀ ਹੈ ਦਿਸ ਟਾਈਮ। ਅੱਛਾ ਬਈ, ਹੁਣ ਕੀ ਕਰੀਏ, ਜੂਲੀਅਟ ਜੋ ਹੈ ਉਹ ਬਹੁਤ ਬਿਜ਼ੀ ਚੱਲ ਰਹੀ ਹੈ ਨਾ ਐਗਜ਼ੈਕਟਲੀ ਪ੍ਰੋਮੋਸ਼ਨਸ ਦੇ ਵਿੱਚ। ਬਟ ਇੱਕ ਚੀਜ਼ ਜਿਹੜੀ ਮੈਂ ਕੱਲ੍ਹ ਦੇਖੀ, ਤੁਹਾਡੇ ਦੋਹਾਂ ਦਾ ਜਿਹੜਾ ਕੰਬੀਨੇਸ਼ਨ ਰੀਲਸ 'ਚ ਵੀ ਦਿਖ ਰਿਹਾ, ਮੈਨੂੰ ਦੱਸੋ ਉਹ ਕਿੰਨਾ ਕੁ ਇੰਜੋਏ ਕਰ ਰਹੇ ਤੁਸੀਂ ਦੋਨੋਂ ਜਾਣੇ? ਬਿਕੋਜ਼ ਅਸੀਂ ਇੰਨਾ ਕੁ ਇੰਜੋਏ ਕਰ ਰਹੇ ਉਹਨਾਂ ਨੂੰ, ਕੱਲ੍ਹ ਤਾਂ ਇੱਕ ਦੂਜੇ ਨਾਲ ਥਪੜੋ ਥਪੜੀ ਜਿਹੜਾ ਉਹ ਰੀਲ ਬਣਾਈ ਤੁਸੀਂ, ਉਹ ਨੀਰੂ ਜੀ ਡਾਇਰੈਕਟ ਕਰ ਰਹੇ ਹੋ? ਅੱਛਾ, ਹਾਂਜੀ, ਹੌਲੀ ਹੌਲੀ ਮੇਰੀ ਫਿਲਮ ਵੀ ਡਾਇਰੈਕਟ ਕਰਨਗੇ। ਕਿਆ ਬਾਤ ਹੈ, ਹਾਂ ਹਾਂ, ਬਸ ਬਸ ਇਹ ਜਿਹੜੀ ਰੀਲ ਅਮਨ ਬਣਾ ਰਿਹਾ ਡਾਇਰੈਕਟ ਹੈਗਾ।
ਰੀਲੀ ਅੱਛਾ ਤੇ ਉਹਦੇ ਲਈ ਦਿਲਜੀਤ ਫ੍ਰੀ 'ਚ ਕੰਮ ਕਰਨਗੇ ਅਸੀਂ 50-50 ਕਰਾਂਗੇ ਦਿਲਜੀਤ ਲਾਈਕ ਲਾਈਕ ਤੁਹਾਡਾ ਇੱਥੇ ਆਉਣਾ ਨਾ ਜਿਵੇਂ ਮੈਂ ਸ਼ੁਰੂਆਤ 'ਚ ਕਿਹਾ ਇੱਕ ਬਹੁਤ ਲੋਕਾਂ ਲਈ ਸੁਪਨੇ ਵਰਗਾ ਹੈਗਾ ਤੁਸੀਂ ਜਿੱਥੇ ਤੱਕ ਅੱਜ ਸਾਨੂੰ ਪਹੁੰਚਾਇਆ ਹੈ ਮੈਂ ਲਾਸਟ ਟਾਈਮ ਤੁਹਾਨੂੰ ਯਾਦ ਹੋਏਗਾ ਮੈਂ ਕਿਹਾ ਸੀਗਾ ਜਦ ਤੁਸੀਂ ਸਟੇਜ 'ਤੇ ਕਿਹਾ ਸੀ ਪੰਜਾਬੀ ਆ ਗਏ ਹੋਏ ਮੈਂ ਕਿਹਾ ਦਿਲੋਂ ਨਿਕਲੀ ਸੀ ਹਾਂ ਆ ਗਏ ਅਤੇ ਉਸ ਟਾਈਮ ਕੋਚੇਲਾ ਦੀ ਗੱਲ ਕੀਤੀ ਸੀ ਹੁਣ ਤਾਂ ਤੁਸੀਂ ਹਰ ਸ਼ੋਅ ਕੋਚੇਲਾ ਤੋਂ ਵੱਡਾ ਕਰਦਾ ਹੈ ਅਤੇ ਮੈਂ ਇਸ ਸਾਰੇ ਨਾਲ ਨਾ ਬਹੁਤ ਲੋਕਾਂ ਦੇ ਸੁਪਨੇ ਵੇਖੇ ਅਤੇ ਇਹ ਪੁੱਛਣਾ ਚਾਹੂੰਗਾ ਮੈਂ ਕਿ ਸੁਪਨੇ ਪ੍ਰੈਕਟੀਕਲ ਹੋਣੇ ਚਾਹੀਦੇ ਨੇ ਕਿ ਸੁਪਨੇ ਵੱਡੇ ਹੋਣੇ ਚਾਹੀਦੇ ਮੈਨੂੰ ਲੱਗਦਾ ਸਾਰਾ ਸੁਪਨਾ ਹੀ ਅੱਜ ਵੀ ਜੋ ਚੱਲ ਰਿਹਾ ਸੁਪਨਾ ਹੀ ਸੁਪਨੇ ਤੋਂ ਬਾਹਰ ਤਾਂ ਕੁਛ ਹੈ ਨਹੀਂ ਪ੍ਰੈਕਟੀਕਲੀ ਦੇਖਣੇ ਚਾਹੀਦੇ ਨੇ ਜਾਂ ਵੱਡੇ ਦੇਖਣੇ ਚਾਹੀਦੇ ਇਹ ਦੁਨੀਆ ਸੁਪਨਾ ਹੀ ਹੈ ਜਿੱਡਾ ਵੱਡਾ ਮਰਜ਼ੀ ਸੁਪਨਾ ਦੇ ਇਹ ਜ਼ਿੰਦਗੀ ਜੋ ਚੱਲ ਰਹੀ ਹੈ ਸੁਪਨਾ ਹੀ ਚੱਲ ਰਿਹਾ ਉਹ ਸੁਪਨੇ 'ਚ ਜਿੱਡੇ ਮਰਜ਼ੀ ਸੁਪਨੇ ਦੇਖੀ ਤੁਹਾਡੀ ਮਰਜ਼ੀ ਔਰ ਪੰਜਾਬ ਮੇਰੇ ਲਈ ਮੇਰੀਆਂ ਜੜ੍ਹਾਂ ਜਿੱਦਾਂ ਬੀ ਐਨ ਸਰ ਨੇ ਕਿਹਾ ਕਿ ਪੰਜਾਬੀ ਫਿਲਮ ਜ਼ਰੂਰ ਕਰੋ ਮੈਂ ਸੋਚਿਆ ਹੋਇਆ ਪੰਜਾਬੀ ਫਿਲਮ ਇੱਕ ਪੰਜਾਬੀ ਐਲਬਮ ਹਰ ਸਾਲ ਮੈਂ ਟਰਾਈ ਕਰਦਾ ਕਿ ਮੈਂ ਕਰਾਂ ਅਤੇ ਉਸ ਤੋਂ ਬਾਅਦ ਬਾਕੀ ਗੱਲਾਂ ਬਾਅਦ ਦੀਆਂ ਸੋਚਿਆ ਜ਼ਰੂਰ ਹਰ ਵਾਰੀ ਟਰਾਈ ਕਰਦਾ ਕਿ ਮੈਂ ਪੰਜਾਬੀ ਫਿਲਮ ਇੱਕ ਜ਼ਰੂਰ ਕਰਾਂ ਪੰਜਾਬੀ ਗਾਣੇ ਆਉਂਦੇ ਰਹਿਣ ਬਾਕੀ ਜੋ ਮੈਂ ਜਿੱਥੇ ਕੰਮ ਕਰਦਾ ਰਹਾਂ ਪਰ ਇਹ ਕਦੇ ਨਹੀਂ ਜਦ ਤੱਕ ਮਹਾਰਾਜ ਦੀ ਮਰਜ਼ੀ ਹੈ ਮੈਂ ਤਾਂ ਕੌਣ ਪੰਜਾਬ 'ਚ ਲਾਈਕ ਤੁਸੀਂ ਕਿਹਾ ਕਿਤੇ ਨਾ ਕਿਤੇ ਜੜ੍ਹਾਂ ਨੇ ਲਾਈਕ ਕੰਮ ਦੇ ਸਿਲਸਿਲੇ 'ਚ ਬਹੁਤ ਸਮੇਂ ਬਾਅਦ ਆਉਣਾ ਪੈਂਦਾ ਅਤੇ ਨਾ ਆਈ ਡੋਂਟ ਨੋ ਕਿ ਸ਼ਾਇਦ ਮੈਂ ਨੋਟ ਕਰਨਾ ਜਾਂ ਤੁਸੀਂ ਪੰਜਾਬ ਆਉਂਦੇ ਹੋ ਤੁਹਾਡੀ ਵੀਡੀਓਜ਼ ਦੇ ਵਿੱਚ ਤਾਂ ਹਰ ਚੀਜ਼ ਦੇ ਵਿੱਚ ਨਾ ਇੱਕ ਅਲੱਗ ਜਿਹੀ ਨਾ ਲਾਲੀ ਦਿਖਦੀ ਹੈ ਉਹ ਕੀ ਮਹਿਸੂਸ ਕਰਦੇ ਤੁਸੀਂ ਪੰਜਾਬ ਆ ਕੇ ਖਾਸ ਤੌਰ 'ਤੇ ਕਿ ਕੱਲ੍ਹ ਜਦੋਂ ਮੈਂ ਦੇਖ ਰਿਹਾ ਸੀ ਕੱਲ੍ਹ ਵਾਲੀਆਂ ਤੁਹਾਡੀਆਂ ਫੀਲਿੰਗਸ ਵੀਡੀਓਜ਼ 'ਚ ਸਾਹਮਣੇ ਆ ਰਹੀਆਂ ਸੀ ਕੀ ਫੀਲ ਕਰਦੇ ਜਦੋਂ ਤੁਸੀਂ ਪੰਜਾਬ ਦੀ ਧਰਤੀ 'ਤੇ ਪੈਰ ਰੱਖਦੇ ਹੋ ਪੰਜਾਬ ਤੋਂ ਮੈਂ ਐਨਰਜੀ ਲੈ ਕੇ ਜਾਂਦਾ ਜਦੋਂ ਵੀ ਮੈਂ ਆਉਂਦਾ ਪੰਜਾਬ ਤੋਂ ਐਨਰਜੀ ਲੈ ਕੇ ਜਾਂਦਾ ਅਤੇ ਫਿਰ ਉਹ ਮੈਂ ਜਿੱਥੇ ਵੀ ਜਾਵਾਂ ਦੁਨੀਆ ਦੇ ਪੂਰੇ ਵਰਲਡ 'ਚ ਅਤੇ ਉਹ ਪੰਜਾਬ ਮੇਰੇ ਨਾਲ ਹੀ ਹੁੰਦਾ ਇਹ ਪੰਜਾਬ ਦੀ ਮਿੱਟੀ ਹੈ ਇਹ ਜਿਹੜੀ ਮੇਰੀ ਮਿੱਟੀ ਹੈ ਇਹ ਪੰਜਾਬ ਦੀ ਹੈ ਅਤੇ ਇਹਨੇ ਪੰਜਾਬ 'ਚ ਹੀ ਰੜਨਾ ਆਖਰ ਨੂੰ ਆ ਕੇ ਸੋ ਪੰਜਾਬ ਮੇਰੇ ਨਾਲ ਹੀ ਹੈ ਪੰਜਾਬ ਮੇਰੇ ਬਲੱਡ 'ਚ ਹੈ ਪੰਜਾਬ ਦੀ ਮਿੱਟੀ ਹੈ ਜਿੱਥੇ ਜਾਊਂਗਾ ਪੰਜਾਬ ਮੇਰੇ ਨਾਲ ਅਤੇ ਮੈਂ ਨਾ ਇੱਕ ਚੀਜ਼ ਤੁਹਾਡੀ ਦੋਹਾਂ 'ਚ ਦੇਖੀ ਕਹਿੰਦੇ ਨਾ ਮੈਂ ਬਹੁਤ ਨਵਾਂ ਸੀ ਉਸ ਵੇਲੇ ਜਿਸ ਟਾਈਮ ਜੈਟ ਐਂਡ ਜੂਲੀਅਟ ਆਈ ਸੀ ਮੇਰੇ ਖਿਆਲ ਨਾਲ ਸ਼ਾਇਦ ਮੈਂ ਪਹਿਲੀ ਵਾਰੀ ਤੁਹਾਨੂੰ ਇੰਟਰਵਿਊ ਉਸੇ ਟਾਈਮ ਕੀਤਾ ਸੀਗਾ ਤੁਸੀਂ ਜਿੱਦਾਂ ਜਿੱਦਾਂ ਸਮੇਂ ਦੇ ਨਾਲ ਵੱਡੇ ਹੋਏ ਲਾਈਕ ਤੁਸੀਂ ਇਰਰੈਲੇਵੈਂਟ ਨਹੀਂ ਹੋਏ ਇਸ ਨੂੰ ਰੈਲੇਵੈਂਸ ਨੂੰ ਬਣਾ ਕੇ ਰੱਖਣ ਪਿੱਛੇ ਦੋਹਾਂ ਦਾ ਕੀ ਰਾਜ਼ ਹੈ ਕਿਵੇਂ ਤੁਸੀਂ ਅੱਜ ਵੀ ਲਾਈਕ ਉਸੇ ਮੁਕਾਮ 'ਤੇ ਖੜ੍ਹੇ ਹੋ ਅਤੇ ਉਹ ਕਰੇ ਹੋ ਪਹਿਲੇ ਆਪ ਦੋਨਾਂ ਤੋਂ ਲੈਣਾ ਮੈਂ ਜਵਾਬ ਮੈਂ ਛੱਡ ਦਿੰਦਾ ਸੀਰੀਅਸਲੀ ਆਈ ਡੋਂਟ ਨੋ ਮਤਲਬ ਕੌਨਸ਼ੀਅਸਲੀ ਔਰਗੈਨਿਕਲੀ ਹੁੰਦਾ ਹੈ ਸਭ ਕੁਝ ਐਂਡ ਓਬਵੀਅਸਲੀ ਇਹਨਾਂ ਜੋ ਸੋਸ਼ਲ ਮੀਡੀਆ 'ਤੇ ਮੈਂ ਕਰਦੀ ਹਾਂ ਆਈ ਐਮ ਵੈਰੀ ਮੱਚ ਇੰਸਪਾਇਰਡ ਬਾਏ ਦਲਜੀਤ ਜੀ ਉਹ ਤਾਂ ਪਹਿਲੇ ਦਿਨ ਤੋਂ ਹੀ ਜਦੋਂ ਜੱਟ ਚੁੱਲ੍ਹੇ ਦੀ ਪ੍ਰਮੋਸ਼ਨ ਅਸੀਂ ਕਰਦੇ ਹੁੰਦੇ ਸੀ ਤਾਂ ਮਤਲਬ ਇਹਨਾਂ ਨੂੰ ਦੇਖ ਕੇ ਕਿਵੇਂ ਚੀਜ਼ਾਂ ਕਰਦੇ ਆ ਕਿਵੇਂ ਪੋਸਟ ਕਰਦੇ ਆ ਸੋ ਆਈ ਲਰਨਡ ਅ ਲੋਟ ਫਰੋਮ ਹਿਮ ਵਿਦ ਸੋਸ਼ਲ ਮੀਡੀਆ ਨਹੀਂ ਤਾਂ ਮੈਨੂੰ ਕੁਛ ਨਹੀਂ ਪਤਾ ਸੋਸ਼ਲ ਮੀਡੀਆ ਬਾਰੇ ਬਤਾਤੀ ਨਹੀਂ ਹੈ ਅੱਛਾ ਜੀ ਤਾਂ ਨਹੀਂ ਚੱਲਣਾ ਅੱਜ ਨਹੀਂ ਪਲੀਜ਼ ਪਲੀਜ਼ ਮਸਾਂ ਹੀ ਮੌਕਾ ਮਿਲਦਾ ਤੁਹਾਨੂੰ ਸੁਣਨ ਦਾ ਸਾਨੂੰ ਇੱਦਾਂ ਲਾਈਵ ਲੈ ਕੇ ਪਲੀਜ਼ ਕਿਵੇਂ ਰੈਲੀਵੈਂਟ ਰਹਿੰਦੇ ਹੋ ਤੁਸੀਂ ਇਸੇ ਕੁਐਸਚਨ ਨੂੰ ਮੈਂ ਕਿਹਾ ਰੈਲੀਵੈਂਟ ਕਿਵੇਂ ਰਹਿੰਦੇ ਇੰਨੇ ਸਾਲਾਂ ਤੋਂ ਹੁਣ ਤੱਕ ਰੈਲੀਵੈਂਟ ਰਹਿੰਦੇ ਨੀਰੂ ਜੀ ਮੇਰੇ ਤੋਂ ਸੀਨੀਅਰ ਨੇ ਇਹ ਜੋ ਕਰੀ ਜਾਣਗੇ ਮੈਂ ਪਿੱਛੇ ਪਿੱਛੇ ਹੋ ਗਏ ਆਏ ਹਾਏ ਹਾਏ ਇਹ ਰੈਲੀਵੈਂਟ ਇਹ ਜਦੋਂ ਤੱਕ ਇਹਨੇ ਮੈਂ ਵੀ ਉਦੋਂ ਤੱਕ ਹੈਗਾ ਰੈਲੀਵੈਂਟ ਸੋ ਮੈਂ ਇਹਨਾਂ ਤੋਂ ਲੈਂਦਾ ਇੰਸਪੀਰੇਸ਼ਨ ਨੀਰੂ ਜੀ ਕਾਪੀ ਪੇਸਟ ਬਿਲਕੁਲ ਇਹਨਾਂ ਨਾਲ ਦੋਨਾਂ ਦੀ ਤੁਸੀਂ ਸਾਰਿਆਂ ਨੇ ਕੰਮ ਕੀਤਾ ਇਹਨਾਂ ਨਾਲ ਅਤੇ ਇੱਕ ਚੀਜ਼ ਜਿਹੜੀ ਦਿਲ ਇਲੂਮਿਨਾਟੀ ਟੂਰ ਦੌਰਾਨ ਹੋਈ ਮੈਂ ਤੁਹਾਨੂੰ ਦੱਸਾਂ ਮੈਂ ਨਾ ਉਸ ਵੀਡੀਓ ਨੂੰ ਵੇਖ ਕੇ ਇਮੋਸ਼ਨਲ ਹੋ ਗਿਆ ਸੀਗਾ ਜਦ ਵੈਨਕੂਵਰ ਦਾ ਸ਼ੋਅ ਹੋ ਰਿਹਾ ਸੀ
ਦਿਲਜੀਤ ਦੋਸਾਂਝ ਸਟੇਜ 'ਤੇ ਸੀ, ਬੜੀ ਭਰਿਆ ਹੋਇਆ ਸਟੇਡੀਅਮ, ਨੀਰੂ ਬਾਜਵਾ ਦੂਰ ਖੜ੍ਹੇ ਨੇ, ਦਿਲਜੀਤ ਦੋਸਾਂਝ ਕਹਿ ਰਹੇ ਨੇ ਨੀਰੂ ਬਾਜਵਾ ਸਾਡੇ ਵਿੱਚ ਮੌਜੂਦ ਨੇ। ਆਈ ਗੋਟ ਇਮੋਸ਼ਨਲ, ਆਈ ਡੋਂਟ ਵਾਂਟ ਟੂ, ਆਈ ਵਾਂਟ ਟੂ ਨੋ ਕਿ ਇਹ ਰਿਸਪੈਕਟ ਹੋਣਾ ਹੈ ਇੱਕ ਦੂਜੇ ਵਾਸਤੇ। ਅਤੇ ਉਸ ਤੋਂ ਬਾਅਦ ਨੀਰੂ ਜਦ ਟ੍ਰੇਲਰ ਲਾਂਚ 'ਤੇ ਆਏ, ਉਹਨਾਂ ਨੇ ਆਪਣੀ ਭਾਵਨਾ ਦੱਸੀ, ਇਹ ਰਿਸਪੈਕਟ ਹੋਣਾ ਕਲਾਕਾਰਾਂ 'ਚ ਕਿੰਨੀ ਲੋੜ ਹੈ ਇਸ ਦੀ। ਮੈਨੂੰ ਲੱਗਦਾ ਲੋੜ ਨਹੀਂ ਹੁੰਦੀ, ਜਾਂ ਤਾਂ ਹੁੰਦੀ ਹੈ ਜਾਂ ਨਹੀਂ ਹੁੰਦੀ, ਤੁਸੀਂ ਪੈਦਾ ਨਹੀਂ ਕਰ ਸਕਦੇ ਇਸ ਚੀਜ਼ ਨੂੰ, ਜਾਂ ਤਾਂ ਤੁਹਾਡੇ ਅੰਦਰ ਹੈ ਜਾਂ ਨਹੀਂ ਹੈ। ਮੈਨੂੰ ਲੱਗਦਾ ਪੈਦਾ ਕਰਨ ਦੀ ਲੋੜ ਵੀ ਨਹੀਂ, ਜੇ ਨਹੀਂ ਹੈ ਤਾਂ ਵੀ ਠੀਕ ਹੈ, ਕੋਈ ਗੱਲ ਇਹਦੇ ਨਾਲ ਕੁਛ ਬਦਲ ਨਹੀਂ ਜਾਣਾ, ਇਹ ਅੰਦਰ ਤੁਹਾਡੇ ਹੈ ਜਾਂ ਨਹੀਂ। ਸੋ ਤੁਸੀਂ ਜਿੱਦਾਂ ਦੇ ਹੈਗੇ ਠੀਕ ਹੈ। ਨੀਰੂ ਉਹ ਮੂਮੈਂਟ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ, ਹੈ ਨਾ, ਤੁਸੀਂ ਖੜ੍ਹੇ ਸੀ, ਸਾਰੇ ਦੇਖ ਰਹੇ ਸੀਗੇ, ਐਂਡ ਆਈ ਨੋ ਕਿ ਉਹ ਕਿੰਨੀ ਵੱਡੀ ਚੀਜ਼ ਹੁੰਦੀ ਹੈ ਜਦ ਤੁਹਾਡੇ ਨਾਲ ਦਾ ਤੁਹਾਨੂੰ ਅਪਰੀਸ਼ੀਏਟ ਕਰੇ। ਕਹਿੰਦੇ ਕਲਾਕਾਰਾਂ ਵਾਸਤੇ ਬਾਕੀ ਸਭ ਕੁਝ ਪਿੱਛੇ ਰਹਿ ਜਾਂਦਾ, ਜਦ ਇੱਕ ਛੋਟਾ ਜਿਹਾ ਵੀ ਅਪਰੀਸ਼ੀਏਸ਼ਨ ਮਿਲਦਾ ਤਾਂ ਛੋਟੀ ਜਿਹੀ ਵੀ ਕੋਈ ਗੱਲ ਹੁੰਦੀ ਹੈ ਨਾ, ਕਿਉਂਕਿ ਤੁਹਾਨੂੰ ਤਾਂ ਕਰੋੜਾਂ ਲੋਕ ਪਿਆਰ ਕਰਦੇ ਨੇ, ਲੇਕਿਨ ਸਟੇਜ ਦੇ ਉੱਤੇ ਜਦ ਤੁਹਾਡੇ ਕੋ ਸਟਾਰ ਤੁਹਾਨੂੰ ਉਸ ਤਰ੍ਹਾਂ ਦੀ ਗੱਲ ਕਹਿ ਰਹੇ, ਆਈ ਵਾਂਟ ਟੂ ਨੋ ਦੈਟ ਮੂਮੈਂਟ, ਆਈ ਤੋਂ ਗੋਟ ਇਮੋਸ਼ਨਲ ਯਾਰ। ਪਹਿਲਾਂ ਤਾਂ ਮੈਂ ਆਲਰੇਡੀ ਇਮੋਸ਼ਨਲ ਸੀ ਉੱਥੇ ਆ ਕੇ, ਐਂਡ ਐਨਰਜੀ ਫੀਲ ਕਰਕੇ ਜੋ ਕੁਝ ਚੱਲ ਰਿਹਾ ਸੀ, ਕਿਉਂਕਿ ਇਟਸ ਲਾਈਕ ਫੋਰ ਫਸਟ ਜਨਰੇਸ਼ਨ ਇੰਡੀਅਨਸ, ਅਸੀਂ ਕਾਫੀ ਉੱਥੇ ਰੇਸਿਜ਼ਮ ਫੇਸ ਕੀਤੀ ਆ, ਯੂ ਨੋ, ਗਰੋਇੰਗ ਅਪ। ਐਂਡ ਮੇਰੇ ਹਸਬੈਂਡ ਦੀ ਇੱਕ ਸਟੋਰੀ, ਉਹਨਾਂ ਦੇ ਜੋ ਗ੍ਰੈਂਡ ਫਾਦਰ ਆ, ਹੀ ਉਹ ਮੇਰੀ ਬੱਚੀ ਬੇਟੀਆਂ ਨੂੰ ਦੱਸ ਦਿੰਦੇ ਆ, ਜਦੋਂ ਉਹਨਾਂ ਦੇ ਗ੍ਰੈਂਡ ਫਾਦਰ ਸਾਹਿਬ ਉਹਨਾਂ ਨੂੰ ਲੈ ਕੇ ਪਾਰਟ ਜਾਂਦੇ ਹੁੰਦੇ ਸੀ ਨਾ, ਕੁਛ ਗੋਰੇ ਆ ਕੇ ਨਾ ਉਹਨਾਂ ਦੀ ਪਗੜੀ ਨੂੰ ਆਏ ਹੱਥ ਲਾ ਕੇ, ਮਤਲਬ ਸਿਰ ਦਿੰਦੇ ਸੀ ਆਏ, ਐਂਡ ਲਾਈਕ ਹੀ ਸਟਿਲ ਰਿਮੈਂਬਰਸ ਦੈਟ ਟਿਲ ਟੁਡੇ, ਤਾਂ ਹੀ ਆਲਵੇਜ਼ ਸਟੈਂਡਸ ਅਪ ਫੋਰ ਐਵਰੀਥਿੰਗ। ਪਰ ਉਸ ਦਿਨ ਜਦੋਂ ਅਸੀਂ ਸਾਰੇ ਉੱਥੇ ਪਹੁੰਚੇ, ਕਿ ਕੋਈ ਗਰੋਨ ਅਪ ਸੀ ਦੈਟ, ਲਾਈਕ ਵੀ ਵਰ, ਤੂੰ ਜਾਣ ਕੇ ਕਰਦਾ, ਇੰਨੇ ਇਮੋਸ਼ਨਲ ਹੋ ਗਏ ਸੀ ਸਾਰੇ, ਮਤਲਬ ਜੋ, ਕਿਉਂਕਿ ਮੈਂ ਕਦੇ ਕੌਂਸਰਟ ਗਈ ਨਹੀਂ, ਮੈਂ ਇੱਕ ਕੌਂਸਰਟ ਸੀ ਪ੍ਰਿੰਸ ਦਾ, ਇੱਕ ਬਰੂਸ ਸਪ੍ਰਿੰਗਸਟੀਨ, ਤੀਜਾ ਮੇਰਾ ਕੌਂਸਰਟ ਦਿਲਜੀਤ ਜੀ ਦਾ ਸੀ ਨਾ, ਰੀਅਲੀ ਵਾਂਟਡ ਟੂ ਗੋ, ਐਂਡ ਮਾਈ ਹਸਬੈਂਡ ਸੀ ਕਿ ਮੈਂ ਤੈਨੂੰ ਕਦੀ ਆਈ ਨਹੀਂ ਦੇਖਿਆ, ਆਈ ਵਾਸ ਜਸਟ ਲਾਈਕ ਵਾਈਬਿੰਗ ਐਂਡ ਡਾਂਸਿੰਗ ਲਾਈਕ, ਯੂ ਨੋ, ਮੈਂ ਉਹ ਐਕਸਪੈਕਟ ਨਹੀਂ ਕਰ ਰਹੀ ਸੀ, ਐਂਡ ਜਦੋਂ ਉਹਨਾਂ ਨੇ ਉਹ ਮਤਲਬ ਮੇਰੇ ਲਈ ਕਿਹਾ, ਆਈ ਵਾਸ, ਈਵਨ ਮਾਈ ਫੈਮਿਲੀ ਵਾਸ ਕ੍ਰਾਈਂਗ, ਸੋ ਇਟ ਵਾਸ ਸੋ ਬਿਊਟੀਫੁਲ। ਕਿਆ ਬਾਤ, ਉਹ ਮੂਮੈਂਟਸ ਜਿਹੜੇ ਨੇ ਦਿਲਜੀਤ ਭਾਅ ਜੀ ਜਿਹੜੇ ਤੁਸੀਂ ਸਾਨੂੰ ਦਿੱਤੇ ਨੇ ਨਾ ਪਿਛਲੇ ਟਾਈਮ ਦੇ ਵਿੱਚ, ਅਤੇ ਹੁਣ ਨਾ ਹਰ ਪੰਜਾਬੀ ਜਾ ਕੇ ਕਿਤੇ ਵੀ ਨਾ ਗਲੋਬਲ ਸਟੇਜ 'ਤੇ ਖੜ੍ਹਾ ਹੋਵੇ ਜਦ ਕਹਿੰਦੇ ਆ ਮੈਂ ਹੂੰ ਪੰਜਾਬ, ਉਹ ਤੁਹਾਡੇ ਕਰਕੇ ਹੈ, ਐਂਡ ਇਹ ਮੈਂ ਕਹਿਣਾ ਚਾਹੂੰਗਾ, ਹੀ ਹੈਜ਼ ਮੇਡ ਅਸ ਪ੍ਰਾਊਡ। ਪਲੀਜ਼ ਮੈਂ ਤਾੜੀਆਂ ਚਾਹੂੰਗਾ ਇਸ ਸ਼ਖਸ ਦੇ ਲਈ, ਕਿਉਂਕਿ ਇਹ ਮੈਂ ਦਿਲ ਤੋਂ ਕਹਿ ਰਿਹਾ, ਕਿਉਂਕਿ ਮੈਨੂੰ ਲੱਗਦਾ ਮੈਂ ਤੁਹਾਨੂੰ ਬਹੁਤ ਬਹੁਤ ਪੁਰਾਣ ਤੋਂ ਤੁਹਾਨੂੰ ਫੋਲੋ ਕਰ ਰਿਹਾ, ਤੁਹਾਨੂੰ ਦੇਖਦੇ ਹਾਂ, ਜਾਣਦੇ ਹਾਂ ਆਪਾਂ, ਲਾਈਕ ਜਿਸ ਤਰ੍ਹਾਂ ਦੇ ਨਾਲ ਜਿਸ ਸਟੇਜ 'ਤੇ ਜਾ ਕੇ ਤੁਸੀਂ ਉਸ ਪੰਜਾਬ ਦੀ ਗੱਲ ਕਰਦੇ ਹੋ ਨਾ, ਕਿ ਇੱਥੇ ਪੰਜਾਬੀ ਆ ਸਕਦੇ ਨੇ, ਇੱਥੇ ਪੰਜਾਬੀ ਕਰ ਸਕਦੇ ਨੇ, ਖਾਸ ਤੌਰ 'ਤੇ ਜਦ ਤੁਸੀਂ ਬੱਚਿਆਂ ਨੂੰ ਸਟੇਜ 'ਤੇ ਬੁਲਾਉਂਦੇ ਹੋ, ਮੈਨੂੰ ਲੱਗਦਾ ਕਿ ਉਹ 4 ਦੇ ਨਾਲ ਤੁਸੀਂ 4 ਕਰੋੜ ਲੋਕਾਂ ਨੂੰ ਸੁਪਨਾ ਦਿਖਾ ਸਕਦੇ ਹੋ ਕਿ ਜੇ ਅੱਜ ਸਟੇਜ 'ਤੇ ਚੜ੍ਹਾਏ, ਕਿਉਂਕਿ ਉਹ ਰਿਪ੍ਰੈਜੈਂਟੇਸ਼ਨ, ਸੋਰੀ, ਉਹ ਰਿਪ੍ਰੈਜੈਂਟੇਸ਼ਨ ਹੈ ਹੀ ਨਹੀਂ ਕਿਸੇ ਕੋਲ। ਜਦੋਂ ਅਸੀਂ ਹਿੰਦੀ ਫਿਲਮਾਂ ਵੀ ਦੇਖਦੇ ਹਾਂ ਤਾਂ ਸਾਨੂੰ ਰਿਪ੍ਰੈਜੈਂਟੇਸ਼ਨ ਕਿਤੇ ਨਜ਼ਰ ਨਹੀਂ ਆਉਂਦੀ, ਸੋ ਈਵਨ ਮੀ ਐਜ਼ ਅ ਚਾਈਲਡ, ਮੈਂ ਕਿਤੇ ਉਹ ਨਹੀਂ ਦੇਖੀ ਕਿ ਮੈਂ ਕਿਹਨੂੰ ਆਈਡਲਾਈਜ਼ ਕਰਾਂ, ਕਿਹਨੂੰ ਫੋਲੋ ਕਰ ਸਕਦੀ ਹਾਂ। ਸੋ ਹੁਣ ਜਦੋਂ ਬੱਚੇ ਇਹਨਾਂ ਨੂੰ ਦੇਖ ਰਿਹਾ, ਜਿਵੇਂ ਐਟ ਦ ਟੁਨਾਈਟ ਸ਼ੋ, ਆਈ ਮੀਨ, ਵੀ ਹੈਵ ਨੈਵਰ ਸੀਨ ਅ ਪੰਜਾਬੀ, ਅ ਸਰਦਾਰ, ਅ ਇੰਡੀਅਨ, ਕੋਈ ਵੀ, ਮਤਲਬ ਔਨ ਦੈਟ ਸਟੇਜ, ਆਪਣੇ ਟੀ ਵੀ ਅਸੀਂ ਸਾਰੇ ਦੇਖ ਰਹੇ ਹਾਂ ਦ ਟੁਨਾਈਟ ਸ਼ੋ, ਐਵਰੀਬਡੀ ਵਾਚ, ਸਪੈਸ਼ਲੀ ਲਾਈਕ ਮੇਰੀ ਕੁੜੀ 8 ਸਾਲ ਦੀ ਆ, ਸ਼ੀ ਸਪੈਸ਼ਲ, ਸਕੂਲ ਵੀ ਸੀ, ਬਟ ਸ਼ੀ ਸਟੇਡ ਅਪ, ਸ਼ੀ ਸੈਡ ਆਈ ਵਾਂਟ ਟੂ ਸੀ ਦਿਲਜੀਤ ਅੰਕਲ, ਆਈ ਵਾਂਟ ਟੂ ਸੀ ਹਿਮ, ਐਂਡ ਇਟਸ ਲਾਈਕ, ਅਤੇ ਉਹ ਵੀ ਮਤਲਬ ਸਕੂਲ ਗਈ ਕੀ ਹੈ, ਪੰਜਾਬੀ ਆ ਗਏ ਹੋਏ, ਸਾਰੇ ਗੋਰੇ ਹੀ ਆ,
but she went to school like that, so that's what he's given. Matlab jehdi navi generation a ek representation jo ke sab ek identity. ਉਹ ਜਦੋਂ ਦੇਖਦੇ ਆ ਕਿ ਇਹ ਹੋ ਗਿਆ, ਜਿਵੇਂ ਫਿਲਮ ਸ਼ੋਅ ਹੋ ਗਿਆ, ਤਾਂ ਇਹ ਹੁਣ ਅਸੀਂ ਵੀ ਕਰ ਸਕਦੇ ਹਾਂ, ਇਹ ਕੋਈ ਇਹ ਅਸੀਂ ਇਸ ਤੋਂ ਅੱਗੇ ਜਾਵਾਂਗੇ. ਸੋ ਮੈਨੂੰ ਲੱਗਦਾ ਪੰਜਾਬੀ ਦਾ ਡਿਊ ਸੀ, ਲੈਟਿਨ ਆਰਟਿਸਟ ਪਹੁੰਚ ਗਏ ਸੀ ਸਾਰੇ, ਐਫਰੋ ਆਰਟਿਸਟ ਪਹੁੰਚ ਗਏ ਸੀ, ਪੰਜਾਬੀ ਨਹੀਂ ਸੀ ਹਾਲੇ ਉੱਥੇ ਪਹੁੰਚੇ. ਸੋ ਮੈਨੂੰ ਲੱਗਦਾ ਪੰਜਾਬੀ ਦਾ ਡਿਊ ਸੀ ਔਰ ਪੰਜਾਬੀ ਮਿਊਜ਼ਿਕ, ਮੈਨੂੰ ਲੱਗਦਾ ਹਾਲੇ ਜੋ ਮੈਂ ਸੋਚ ਕੇ ਬੈਠਾ ਹਾਲੇ ਬਹੁਤ ਕੁਛ ਸੋਚ ਕੇ ਬੈਠਾ ਜੀ. ਮਹਾਰਾਜ ਕਿਰਪਾ ਕਰ. ਆਈ ਕੈਨ ਬਿਲੀਵ ਯੂ, ਜਿਹੜੀ ਲਾਸਟ ਟਾਈਮ ਤੁਸੀਂ ਕਿਹਾ ਸੀਗਾ ਹਜੇ ਤਾਂ ਮੈਂ ਸੋਚ ਲਿਆ ਆ. ਐਂਡ ਬਿਗ ਅਪਲੌਸ ਟੂ ਯੋਰ ਟੀਮ ਆਲਸੋ, ਥੈਂਕ ਯੂ ਕਿ ਜੋ ਤੁਸੀਂ ਕਰ ਰਹੇ ਹੋ ਸਾਰੇ. ਅਤੇ ਜਿੱਦਾਂ ਨਾ ਆਉਂਦਿਆਂ ਹੀ ਬੀ ਐਨ ਸ਼ਰਮਾ ਸਾਹਿਬ ਨੇ ਤੁਹਾਡੇ ਬਾਰੇ ਗੱਲ ਕਹੀ ਨਾ ਕਿ ਤੁਸੀਂ ਪੰਜਾਬੀ ਫਿਲਮ ਕਰ ਲਿਆ ਕਰੋ, ਉਹ ਵੱਡੀ ਹੋ ਜਾਂਦੀ ਹੈ. ਅਤੇ ਮੈਂ ਕਹਿ ਸਕਦਾ ਕੁਛ ਕਿਰਦਾਰ ਐਸੇ ਨੇ ਜਿਹੜੇ ਐਸੇ ਹੋ ਗਏ ਨੇ ਜਿਹੜੇ ਸਾਡੇ ਦਿਲ 'ਚ ਬਹੁਤ ਵੱਡੇ ਨੇ, ਛੋਟਾ ਜਿਹਾ ਪਾਰਟ ਪਰ ਦਿਲ 'ਚ ਰਾਜ ਕਰਨ ਵਾਲੇ, ਜਿਵੇਂ ਸ਼ੈਂਪੀ ਦੇ ਡੈਡੀ. ਅੱਜ ਜਦ ਸਰ ਪਹੁੰਚੇ ਨਾ, ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਸਰ ਉਹ ਨਾ ਆਈਕੋਨਿਕ ਅਤੇ ਲੈਜੈਂਡਰੀ ਕਿਰਦਾਰ ਹੈ ਸਰ, ਅੱਜ ਵੀ ਲੋਕ ਮਿਲਦੇ ਹੋਣਗੇ ਨਾ, ਕਹਿੰਦੇ ਹੋਣਗੇ ਹੈ ਨਾ ਸ਼ੈਂਪੀ ਦੇ ਡੈਡੀ. ਹੈਲੋ. ਅੱਛਾ, ਲੋਕ ਤਾਂ ਕਹਿੰਦੇ ਸ਼ੈਂਪੀ ਦਾ ਡੈਡੀ, ਪਰ ਮੈਂ ਤਿੰਨੋਂ ਫਿਲਮਾਂ ਦੇ ਵਿੱਚ ਡਾਇਰੈਕਟਰ ਸਾਹਿਬ ਨੂੰ ਪੁੱਛਿਆ ਕਿ ਮੇਰੇ ਕੈਰੈਕਟਰ ਦਾ ਨਾਂ ਕੀ ਹੈ. ਸੱਚੀ ਕੀ ਹੈ ਹਾਲੇ ਤੱਕ ਨਾਂ ਨੇਮ ਤਾਂ ਨਾ ਕਿਸੇ ਨੇ ਰੱਖਿਆ ਹੀ, ਬਸ ਸ਼ੈਂਪੀ ਦਾ ਡੈਡੀ. ਅੱਛਾ ਚਲੋ ਛੱਡੋ ਸ਼ੈਂਪੀ ਸ਼ੁਪੀ ਨੂੰ, ਹਰ ਡੈਡੀ ਨੂੰ. ਇੱਕ ਹਿੰਦੀ ਦਾ ਮੁਹਾਵਰਾ ਹੈ ਕਿ ਹਾਥੀ ਕੇ ਪਾਉ ਮੈਂ ਸਭ ਕਾ ਪਾਉ, ਦਰਜੀ ਤੋਂ ਹਾਥੀ. ਇਹਦੇ ਨਾਲ ਅਸੀਂ ਲੋਕ ਸਾਰੇ ਦੇਖੋ, ਮੈਂ ਤਾਂ ਜਿੱਦਾਂ ਨੀਰੂ ਜੀ ਕਹਿ ਰਹੇ ਕਿ ਇੰਸਪਾਇਰ ਹੋਏ, ਸਾਰਾ ਹਿੰਦੁਸਤਾਨ ਪੂਰੀ ਦੁਨੀਆ ਇਸ ਵੇਲੇ ਇੰਸਪਾਇਰ ਹੋ ਰਹੀ ਹੈ. ਖਾਸੀਅਤ ਦੇਖੋ ਕੀ ਹੈ ਇਸ ਬੰਦੇ ਦੀ, ਇਹਨੇ ਬੰਬੇ ਦੀਆਂ ਫਿਲਮਾਂ ਬੰਦ ਕਰਵਾ ਦਿੱਤੀਆਂ, ਇਕੱਲਾ ਸਰਦਾਰ ਗੱਜ ਰਿਹਾ. ਉਹ ਸਲਮਾਨ ਸ਼ਾਹਰੁਖ ਕਿੱਥੇ ਹੈ ਇਸ ਵੇਲੇ? ਵੈਰੀ ਗੁੱਡ ਸਰ. ਇਹ ਹੁਣ ਉਹਨਾਂ ਦੀ ਜ਼ਰੂਰਤ ਬਣ ਗਿਆ ਹਿੰਦੀ ਫਿਲਮਾਂ ਦੀ. ਔਰ ਜੋ ਵੀ ਇਹਨਾਂ ਦੇ ਉਹ ਸੀਗੀ ਜਿਹੜੀ ਚਮਕੀਲਾ, ਦੇਖੋ ਜੇ ਸਾਡੇ ਹੀਰੋ ਵਾਸਤੇ ਫਿਲਮਾਂ ਲਿਖੀਆਂ ਜਾ ਰਹੀਆਂ, ਇਹਨਾਂ ਵਾਸਤੇ ਕੈਰੈਕਟਰ ਲਿਖੇ ਜਾ ਰਹੇ ਹੈ, ਤਾਂ ਬਹੁਤ ਵੱਡੀ ਗੱਲ ਹੈ. ਬਿਲਕੁਲ, ਗੁਰੂ ਮਹਾਰਾਜ ਦੀ ਬਹੁਤ ਕਿਰਪਾ ਹੈ ਯਾਰ, ਤੇਰੇ 'ਤੇ ਕਮਾਲ ਹੈ, ਕਮਾਲ ਹੈ. ਔਰ ਫਿਰ ਉਸੀ ਤਰ੍ਹਾਂ ਉਸੀ ਬਾਣੇ ਵਿੱਚ ਉਸੀ ਸਿੱਖੀ ਸਿਦਕ ਵਿੱਚ ਰਹਿਣਾ ਬਹੁਤ ਵੱਡੀ ਗੱਲ ਹੈ ਦੋਸਤੋ. ਆਪਾਂ ਜ਼ਰਾ ਥੋੜ੍ਹਾ ਜਿਹਾ ਉੱਚੇ ਉੱਠਦੇ ਹੈ, ਫਿਰ ਕਹਿੰਦੇ ਬਾਲ ਕਟਾ ਲਈਏ ਤਾਂ ਸ਼ਾਇਦ ਸਾਨੂੰ ਹਿੰਦੀ ਫਿਲਮਾਂ ਮਿਲਣਗੀਆਂ ਜਾਂ ਕੁਛ ਇਸ ਤਰ੍ਹਾਂ ਹੋਏਗਾ. ਇੱਕ ਜਸਪਾਲ ਭੱਟੀ ਸੀਗੇ ਜਿਨ੍ਹਾਂ ਨੇ ਸਰਦਾਰ ਰਹਿ ਕੇ ਸਰਦਾਰ ਬਣੇ ਨੇ, ਉਸੀ ਤਰ੍ਹਾਂ ਇਹ ਦਲਜੀਤ ਦੋਸਾਂਝ ਜੀ ਹੈ.
ਜਿਹੋ ਜਿਹਾ ਸਰਦਾਰ ਅਸੀਂ ਇੱਥੋਂ ਭੇਜਿਆ ਸੀਗਾ ਉਹ ਅਜਿਹਾ ਹੀ ਨਿਰੋਲ ਸਰਦਾਰ ਇਸ ਵੇਲੇ ਹੈ, ਚਾਹੇ ਇਹ ਦੁਨੀਆਂ ਦੇ ਕਿਸੇ ਵੀ ਲੈਵਲ 'ਤੇ ਪੁੱਜ ਜਾਏ। ਇਹਨਾਂ ਨੇ ਜਿਸ ਤਰ੍ਹਾਂ ਕਿਹਾ ਹੈ ਪੰਜਾਬੀਆਂ ਦਾ ਮਾਣ ਵਧਾਇਆ, ਸਾਡਾ ਮਾਣ ਵਧਾਇਆ, ਔਰ ਜੋ ਇੰਨੀ ਖਲਕਤ ਦਾ, ਜੋ ਇੰਨੇ ਸੰਸਾਰ ਦਾ, ਇੰਨੇ ਜੀਵਾਂ ਦਾ ਮਾਣ ਵਧਾਉਂਦਾ ਹੈ, ਗੁਰੂ ਮਹਾਰਾਜ ਉਹਦਾ ਮਾਣ ਆਪਣੇ ਆਪ ਹੀ ਵਧਾਉਂਦੇ ਰਹਿੰਦੇ। ਬਿਲਕੁਲ, ਅਸੀਂ ਤਾਂ ਹੀ ਸਾਡੇ ਦਿਲੋਂ ਕਹਿੰਦੇ ਹਾਂ ਕਿ ਦਿਲਜੀਤ ਸਾਡਾ ਮਾਣ ਹੈ। ਅਸੀਂ ਹੁਣ ਕਹਿੰਦੇ ਨਾ ਕਿ ਹੁਣ ਬਾਹਰ ਜਾ ਕੇ ਮੈਂ ਲਾਈਕ ਟਰੈਵਲ ਬਹੁਤ ਕਰਦਾ, ਅਤੇ ਮੈਨੂੰ ਉੱਥੋਂ ਇੱਕ ਕਿਸੇ ਨੂੰ ਮੈਂ ਮੈਸੇਜ ਕੀਤਾ, ਕਹਿੰਦਾ ਕਹਾਂ ਸੇ ਹੋ ਆਪ? ਮੈਂ ਕਿਹਾ ਪੰਜਾਬ ਸੇ। ਅੱਛਾ, ਜਹਾਂ ਸੇ ਦਿਲਜੀਤ ਦੋਸਾਂਝ ਹੈ? ਐਂਡ ਦਿਸ ਰੀਸੈਂਟਲੀ ਹੈਪਨਡ ਵਿਦ ਮੀ, ਅਤੇ ਉਹ ਚੀਜ਼ ਮੈਂ ਚਾਹੁੰਦਾ ਕਿ ਇਸੇ ਤਰ੍ਹਾਂ ਬਣੀ ਰਹੇ, ਅਤੇ ਸਾਨੂੰ ਮਾਣ ਹੈ ਕਿ ਅਸੀਂ ਤੁਹਾਡੇ ਨਾਲ ਗੱਲ ਕਰ ਪਾਉਂਦੇ ਹਾਂ। ਬੀਰਜ ਸ਼ਰਮਾ ਜੀ ਬਹੁਤ ਵੱਡੇ ਹਨ ਇਸ ਲਈ, ਕਈ ਵਾਰੀ ਆਪਣੇ ਬੰਦੇ ਨੂੰ ਪਿਆਰ ਵਿੱਚ ਕਈ ਵਾਰੀ ਥੋੜ੍ਹਾ ਜ਼ਿਆਦਾ ਬਦਲ ਕੇ ਬਹੁਤ ਹੀ ਪਿਆਰੇ ਆਰਟਿਸਟ ਨੇ, ਅਸੀਂ ਬਹੁਤ ਦੇਖਦੇ, ਸਾਡੇ ਤੋਂ ਬਹੁਤ ਪਹਿਲਾਂ ਅਸੀਂ ਸਿੱਖ ਰਹੇ ਆਏ ਦੇਖ ਕੇ ਬੀ ਐਚ, ਔਰ ਜਿਹੜੇ ਹਾਥੀ ਦੇ ਪੈਰ ਦੀ ਗੱਲ ਹੈ ਉਹ ਐਕਚੁਅਲੀ ਬੀ ਐਚ ਸ਼ਰਮਾ ਜੀ ਔਰ ਹੋਰ ਸਾਰੇ ਜਿਹੜੇ ਫਿਲਮ ਦੇ ਵੱਡੇ ਆਰਟਿਸਟ ਹੈ, ਅਤੇ ਉਹਨਾਂ ਸਾਰਿਆਂ ਦੀ ਅਸੀਂ ਮਿਸ ਕਰ ਰਹੇ। ਇਸ ਵਾਰੀ ਜਸਵਿੰਦਰ ਭੱਲਾ ਸਰ ਵੀ, ਉਹਨਾਂ ਦੀ ਤਬੀਅਤ ਠੀਕ ਨਹੀਂ ਸੀ, ਇਸ ਕਰਕੇ ਉਹ ਇਸ ਫਿਲਮ ਵਿੱਚ ਨਹੀਂ ਆ ਸਕੀ। ਅਸੀਂ ਬਹੁਤ ਕੋਸ਼ਿਸ਼ ਕੀਤੀ ਭੱਲਾ ਸਰ ਨੂੰ ਵੀ ਲੈ ਕੇ ਆਉਣ ਦੀ, ਬਟ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ, ਇਸ ਕਰਕੇ ਉਹ ਨਹੀਂ ਆ ਪਾਏ। ਪਰ ਇਹ ਸਾਡੇ ਬੜੇ ਪਿਆਰੇ ਆਰਟਿਸਟ ਨੇ ਔਰ ਸੀਨੀਅਰ ਆਰਟਿਸਟ ਨੇ, ਔਰ ਅਸੀਂ ਬੜੀ ਰਿਸਪੈਕਟ ਕਰਦੇ ਹਾਂ ਸਾਰਿਆਂ ਦਾ, ਅਤੇ ਸਾਡੇ ਵੱਲੋਂ ਕੋਈ ਉੱਚਾ ਨਹੀਂ ਔਰ ਬੋਲ ਬੋਲਿਆ ਗਿਆ ਹੋਵੇ ਤਾਂ ਮਾਫ਼ੀ। ਅਤੇ ਜੈਸਮੀਨ, ਜਦ ਐਡੇ ਵੱਡੇ ਕੈਰੀਕੇ ਚੱਲਿਆ ਆਰਟਿਸਟ ਹੁੰਦੇ ਨੇ, ਹੈ ਨਾ, ਹਰ ਪਾਸੇ ਹਰ ਕੋਈ ਆਪਣਾ ਮਹਾਰਤ ਰੱਖਦਾ ਹੈ ਨਾ, ਔਰ ਕਈ ਸੀਨਸ ਐਸੇ ਵਿੱਚ ਸਾਰੇ ਹੋਣ, ਉੱਥੋਂ ਆਪਣੇ ਆਪ ਨੂੰ ਸਾਂਭਣਾ, ਹੈ ਨਾ, ਇੱਕ ਐਕਟਰ ਲਈ ਨਾ ਉਹ ਲੈਜੈਂਡਰੀ ਆਪਣੇ ਲਈ ਹੋ ਜਾਂਦਾ ਹੈ ਕਿ ਮੈਂ ਕਰਨਾ, ਉਹ ਕੋਈ ਮੂਮੈਂਟ ਨਹੀਂ ਆ ਰਿਹਾ ਹਾਂ ਹੁਣ ਮੈਂ ਸਾਂਭਣਾ, ਤਾਂ ਤੁਸੀਂ ਬਹੁਤ ਵਧੀਆ ਪਰਫੋਰਮ ਆਪਣੇ ਲਈ। ਹਰ ਵਾਰੀ ਇਹ ਹੁੰਦਾ ਕਿ ਅਸੀਂ ਜਿਵੇਂ ਮੈਂ ਕਹਿ ਰਹੀ ਹਾਂ ਕਿ ਮੇਰਾ ਤਾਂ ਡਰੀਮ ਕਮ ਟਰੂ ਮੂਮੈਂਟ ਸੀਗਾ ਇਹਨਾਂ ਦੇ ਸਾਹਮਣੇ ਆਉਂਦਾ, ਬਟ ਪੂਰਾ ਟਾਈਮ ਅਸੀਂ ਉਹ ਬਬਲ 'ਚ ਨਹੀਂ ਰਹਿ ਸਕਦੇ, ਨਿਊ ਕਮਰਸ ਆ, ਸਾਡਾ ਏਮ ਮੈਟਰ ਕਰਦਾ, ਅਤੇ ਜੇ ਮੈਂ ਏਮ ਰੱਖਿਆ ਕਿ ਜਿੱਥੇ ਇਹ ਪਹੁੰਚੇ ਮੈਂ ਉਹਨਾਂ ਦੇ ਵਾਂਗ ਹੀ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ, ਜਿੰਨਾ ਲੋਕ ਇਹਨਾਂ ਨੂੰ ਪਿਆਰ ਦਿੰਦੇ ਆ ਉਹਨਾਂ ਹੀ ਮੈਨੂੰ ਪਿਆਰ ਦੇਣ, ਤਾਂ ਹਰ ਸੀਨ ਜਾਂ ਹਰ ਦਿਨ ਜਦੋਂ ਮੈਂ ਸੈਂਡ 'ਤੇ ਜਾਂਦੀ ਹਾਂ ਮੈਂ ਆਪਣੇ ਆਪ ਨੂੰ ਸਾਬਿਤ ਤਾਂ ਕਰਦਾ ਹੀ ਹਾਂ, ਉਹ ਬਹੁਤ ਜ਼ਰੂਰੀ ਆ। ਪਰ ਇੱਕ ਮੇਰੀ ਵੈਸੇ ਮੈਂਟੈਲਿਟੀ ਆ ਕਿ ਜਦੋਂ ਤੁਸੀਂ ਸੈੱਟ 'ਤੇ ਜਾਂਦੇ ਹੋ, ਸੈੱਟ ਬਾਹਾਂ ਖੋਲ੍ਹ ਕੇ ਤੁਹਾਨੂੰ ਕਹਿੰਦਾ ਕਿ ਆ ਇੱਥੇ ਆ ਕੇ ਆਪਣਾ ਖੁਸ਼ੀ ਗਮ ਸਭ ਛੱਡ ਦਿਓ ਅਤੇ ਬਸ ਪਰਫੋਰਮ ਕਰ, ਅਤੇ ਮੈਂ ਉਹੀ ਦਿਮਾਗ 'ਚ ਰੱਖ ਰਹੀ ਸੀ ਜਦੋਂ ਇਹਨਾਂ ਦੇ ਸਾਹਮਣੇ ਆ ਗਏ, ਐਕਸਾਈਟਮੈਂਟ ਜੋ ਸੀ ਉਹ ਸੀ ਪਿੱਛੇ, ਪਰ ਜਦੋਂ ਕਿਰਦਾਰ ਨਿਭਾਉਣਾ ਸੀ ਸਿਰਫ ਕਿਰਦਾਰ ਨਿਭਾਉਣਾ ਸੀ, ਐਂਡ ਓਬਵੀਅਸਲੀ ਮੈਂ ਤਾਂ ਇਹਨਾਂ ਦੇ, ਤੁਸੀਂ ਕਹਿ ਰਹੇ ਹੋ ਕਿ ਇਹੋ ਜਿਹਾ ਮੂਮੈਂਟ ਜਿੱਥੇ ਮੈਂ ਇਹਨਾਂ ਦੇ ਉਹ ਕਰ ਲਿਆ ਕਿ ਉਹ ਡੋਮੀਨੇਟ ਕਰ ਲਿਆ ਹੋਵੇ, ਇੱਦਾਂ ਦਾ ਤਾਂ ਮੇਰੇ ਦਿਮਾਗ 'ਚ ਸੀਗਾ ਨਹੀਂ, ਮੈਨੂੰ ਬਸ ਇਹ ਸੀ ਕਿ ਇਹ ਆਰਟਿਸਟ ਮੇਰੇ ਨਾਲ ਆ, ਇਹਨਾਂ ਦੀ ਪਰਫੋਰਮੈਂਸ ਨੂੰ ਮੈਂ ਜਸਟੀਫਾਈ ਕਰ ਸਕਾਂ, ਕਿਤੇ ਮੇਰੇ ਕਰਕੇ ਇਹਨਾਂ ਦਾ ਜਿਹੜਾ ਸੀਨ ਆ ਉਹ ਕਿਤੇ ਹਲਕਾ ਨਾ ਪੈ ਜਾਏ ਜੋ ਵੀ, ਤਾਂ ਮੈਂ ਜਿਹੜਾ ਉੱਥੇ ਜਾਓ ਕਿ ਲੋਕ, ਅਸੀਂ ਦੇਖਦੇ ਹਾਂ ਕਿ ਗਾਣਾ ਸ਼ੁਰੂ ਹੋਇਆ ਕਿ ਲੋਕ ਨੱਚ ਰਹੇ ਨੇ, ਇਹ ਤੁਸੀਂ ਆਪ ਇੰਨਾ ਸੀਨ ਕਰ ਲਓ। ਟਾਈਗਰ ਨੂੰ ਇਸ ਵਾਰੀ ਮੈਂ ਪੰਜਾਬ ਆਇਆ ਅਤੇ ਮੈਂ ਥੀਏਟਰ ਜਾ ਕੇ ਭੰਗੜੇ ਪਾ ਕੇ ਆਉਂਦਾ। ਬਿਲਕੁਲ ਜੀ, ਅਸੀਂ ਆਰਟ 25th ਨੂੰ ਇੱਕ ਬਹੁਤ ਗ੍ਰੈਂਡ ਪ੍ਰੀਮੀਅਰ ਵੀ ਕਰ ਰਹੇ ਹਾਂ। ਇਹਨਾਂ ਅੰਨੇ ਰੋਸ਼ਨ ਬੰਦਾ ਨਾ, ਬਸ ਕਰੋ June 27 ਤੇ ਫਿਰ ਮੈਂ ਦੁਬਾਰਾ ਕਹਿਣਾ ਥੈਂਕ ਯੂ ਸੋ ਮਚ June 27
ਜੱਟ ਵੀ ਸਾਡੇ ਜੂਨੀਅਰ ਨਾਲ ਨੇ ਅਤੇ ਉਹਨਾਂ ਦੇ ਨਾਲ ਜੈਸਮਿਨ ਬਾਜਵਾ ਵੀ ਨੇ, ਸ਼ੈਫੀ ਦੇ ਡੈਡੀ ਵੀ ਨੇ, ਉਹਨਾਂ ਨੂੰ ਹਜੇ ਤੱਕ ਨਹੀਂ ਦੱਸਿਆ ਉਹਨਾਂ ਦੇ ਕੈਰੇਕਟਰ ਦਾ ਨਾਮ ਕੀ ਹੈ। ਅਤੇ ਗ੍ਰੇਟ ਮਿਊਜ਼ਿਕ ਦਿਨੇਸ਼ ਭਾਅ ਜੀ, ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਦੇ ਮਿਊਜ਼ਿਕ ਆ ਰਹੇ ਨੇ। ਅਤੇ ਸਨੀ ਭਾਅ ਜੀ, ਥੈਂਕ ਯੂ ਸੋ ਮੱਚ ਕਿ ਤੁਸੀਂ ਸਾਰਿਆਂ ਨੂੰ ਨਾ, ਇੱਕ ਪ੍ਰੋਡਿਊਸਰ ਦਾ ਕੰਮ ਬਹੁਤ ਵੱਡਾ ਹੁੰਦਾ ਕਿ ਸਾਰਿਆਂ ਨੂੰ ਇਕੱਠੇ ਕਰਕੇ ਲੈ ਕੇ ਆ ਲੈ। ਹਾਂ, ਇਸ ਥੋੜ੍ਹੇ ਤਰ੍ਹਾਂ ਇੰਟਰਸਟਿਡ ਹੈ ਜਿਸ ਕ੍ਰੇਜ਼ੀ ਇਨ ਬਿਜ਼ਨਸ ਟੌਪਿਕ, ਜਾਂ ਤੁਸੀਂ ਕਰ ਲਓ ਪਹਿਲਾਂ ਜੀ। ਚਲੋ, ਥੈਂਕ ਯੂ ਸੋ ਮੱਚ। ਫਿਰ ਮੈਂ ਕਹਿੰਦਾ ਥੈਂਕ ਯੂ ਤੁਹਾਡਾ ਜੀ। ਨਹੀਂ, ਬਟ ਸੀਰੀਅਸਲੀ, ਪ੍ਰੋਡਿਊਸਰ ਨੂੰ ਲੈ ਕੇ ਆਉਣਾ ਸਾਰਿਆਂ ਨੂੰ, ਇਟਸ ਅ ਹਿਊਜ ਥਿੰਗ। ਮੈਂ ਕਹਿੰਦਾ ਪੰਜਾਬ ਨੂੰ ਐਸੇ ਪ੍ਰੋਡਿਊਸਰ ਮਿਲਦੇ ਰਹੇ ਜਿਹੜੇ ਸਾਡੇ ਕੋਲ ਦਿਲਜੀਤ ਵਰਗੇ ਸਟਾਰਸ ਨੂੰ ਲੈ ਕੇ ਆਉਣ। ਅਤੇ ਨਾਲ ਦੀ ਨਾਲ ਦਿਲਜੀਤ ਭਾਅ ਜੀ, ਐਜ਼ ਆਲਵੇਜ਼ ਯੂ ਸਟਿਲ ਅਸ, ਤੁਸੀਂ ਪੰਜਾਬ ਵਾਲੇ ਨੂੰ ਫਿਲਮਾਂ ਕਰਦੇ ਰਹੋ, ਸਾਡੇ ਵੱਲੋਂ ਪਿਆਰ ਦੀ ਕਮੀ ਨਹੀਂ ਹੋਏਗੀ, ਹੈ ਨਾ? ਬਿਲਕੁਲ ਜੀ। Jack and Juliet, we want you to give him a picture. Sikori goes back, Jack and Juliet. This is the story of the romantic picture, Dona de picture. ਆਜੀ ਸਾਹਿਬ